साहबां दे दर ते पहुंचण दी कृपालता करनी। आप भी आओ, होरना नू आंढियां गवांढियां नू अपरे रिश्तेदारां नू फोन करके बुला सकदे हो, तुहाडा भी भला, सज्जना मित्रां दा भला, लोक सुखी परलोक सहेले, नानक हर प्रभ आपे मेले। ये वीक सारा उन्हां महान शख्सियतां दी याद नू समर्पित है। सारियां संगतां ने हुम हुम आ के दर्शन देण दी कृपालता करनी। बुलाओ फतेह जी, वाहिगुरू जी का खालसा वाहिगुरू जी की फतेह। ਵਿਸਰ ਨਹੀਂ ਦਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਜਾਏ ਹਾਂ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਟੁਣੀਆ ਪੈਂਖੀਆ ਸੇ ਫਿਰ ਗਰ ਵਾਸ ਨ ਭਰਿਆ ਰੇ ਫਰੀਦਾ ਅੱਲਾ ਦੀ ਕਰ ਬੰਦਗੀ ਦਿਲ ਦੀ ਲਾਏ ਪਰਾਂਦ ਦਰਵੇ ਸਾਨੂੰ ਲੋੜੀ ਐ ਰੁੱਖਾਂ ਦੀ ਜਰਾਂਦ ਬਿਰਤੁਦ ਗੌਰ ਜੀ ਮੰਗਣਾ ਸਿਰ ਦੁੱਖਾਂ ਕੈ ਦੁੱਖ ਜਹੁ ਨਾਮ ਸੰਤੋਖੀਆ ਉਤਰੇ ਮਨ ਦੀ ਭੁੱਖ ਵਾਹਿਗੁਰੂ ਮੇਰੇ ਵਾਹਿਗੁਰੂ ਤੇਰਾ ਅੰਤ ਨ ਜਾਣਾ ਜਾਣਾ ਅੰਤ ਨਾ ਜਾਣਾ ਤੇਰਾ ਅੰਤ ਨਾ
Thank you.
सिमरो सिमर तुमर सुख पावो 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 कलेश तन माहे मिटावो वाहेगुरु वाहेगुरु सिमरो वाहेगुरु जी वाहेगुरु कल कलेश तन माहे मिटावो वाहेगुरु 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 I'm not
ਸਿਫਤੀ ਕਹਿਣ ਅੰਤ ਅੰਤ ਨ ਕਰਨੇ ਦੇਹਨ ਅੰਤ ਅੰਤ ਨ ਵੇਖਣ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਅੰਤ ਨ ਜਾਪੈ ਅੰਤ ਕਰਨ ਕੇ ਤੇ ਬਿਲ ਲਾਏ ਆਕੇ ਅੰਤ ਨ ਸਿੱਧਾਂ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਵਾਹਿਗੁਰੂ ਕਿੰਨਾ ਕੁ ਬੇਅੰਤ ਹੈ ਗੁਰੂ ਬਾਬੇ ਨੇ ਫਰਮਾਇਆ ਸੀ ਸਿੱਧਾ ਉਹਦੀਆਂ ਸਿਫਤਾਂ ਦਾ ਹੀ ਅੰਤ ਨਹੀਂ ਬੰਦੇ ਨਾਲ ਬੰਦਾ ਨਹੀਂ ਮਿਲਦਾ ਜਾਨਵਰ ਨਾਲ ਜਾਨਵਰ ਨਹੀਂ ਮਿਲਦਾ ਉਹਦੀਆਂ ਸਿਫਤਾਂ ਦਾ ਹੀ ਅੰਤ ਨਹੀਂ ਉਹਦੀਆਂ ਸਿਫਤਾਂ ਕਹਿਣ 'ਚ ਨਹੀਂ ਆ ਸਕਦੀਆਂ ਉਹਦੇ ਕੀਤੇ ਕੰਮਾਂ ਦੀ ਬਿਆਨਬਾਜੀ ਸਮੁੰਦਰ ਬਣਾ ਦਿੱਤੇ ਕਿਹੜੀਆਂ ਕਿਹੜੀਆਂ ਕਈਆਂ ਫੜ ਕੇ ਲੱਗਾ ਸੀ ਬੜੇ ਬੜੇ ਪਹਾੜ ਬਣਾ ਦਿੱਤੇ ਕਿਹੜਾ ਟੋਕਰੀਆਂ ਚੱਕ ਕੇ ਪਹਾੜ ਬਣਾ ਰਿਹਾ ਸੀ ਹਰਨ ਪਰਨ ਜਾ ਕਦੇ ਤਰਫ ਹੋਰ ਜਿਸ ਕਮੰਤ ਨ ਜਾਣੇ ਹਰਨ ਪਰਨ ਜਾ ਕਦੇ ਤਰਫ ਹੋਰ ਜਿਸ ਕਮੰਤ ਨ ਤੂੰ ਜਾਣੈ ਜਿਸ ਆਪ ਜਣਾਏ ਤੂੰ ਜਾਣੈ ਜਿਸ ਨਾਨਕ ਤਾਂ ਕਹਿ ਅੰਤ ਨ ਸਿਵਤੀ ਕਹਿਣ ਅੰਤ ਅੰਤ ਨ ਸਿਵਤੀ ਅੰਤ ਨ ਸਿਵਤੀ ਕਹਿਣ ਅੰਤ ਅੰਤ ਨ ਕਰਨੇ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਅਕਾ ਕਿੱਡੇ ਕਿੱਡੇ ਪਸਾਰੇ ਰਾਜ ਦਿੱਤੇ ਉਹਦੇ ਕੀਤੇ ਕਾਰਾਂ ਦਾ ਕੋਈ ਅੰਤ ਨਹੀਂ ਫਸ ਸਕਿਆ ਸਿੱਧਾਂ ਨੇ ਆਖਿਆ ਕਿਸੇ ਪਾਇਆ ਵੀ ਬਾਬਾ ਜੀ ਕਹਿੰਦੇ ਅੰਤ ਪਾਉਣ ਵਾਲੇ ਸਿੱਧੋ ਰੋ ਰੋ ਕੇ ਕਰਲਾ ਕਰਲਾ ਕੇ ਟੱਕਰਾਂ ਮਾਰ ਮਾਰ ਕੇ ਚਲੇ ਗਏ ਦੁਨੀਆਂ ਤੋਂ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ ਜੀ ਬਿਲ ਲਾਏ ਕੁਰਲਾ ਕੁਰਲਾ ਕੇ ਚਲੇ ਗਏ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਅੰਤ ਕਰਨ ਕੇ ਤੇ ਬਿਲ ਲਾਏ ਤਾਂ ਕੇ ਅੰਤ ਨ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਸਿਮਰਨ ਕਰਦੇ ਕਰਦੇ ਭਾਵੇਂ ਵਿਚਾਰ ਕਰਨ ਵਾਲੀ ਨਹੀਂ ਇਹਦਾ ਫਾਇਦਾ ਸਿਮਰਨ ਵਾਸੀਆਂ ਨੂੰ ਹੈ ਜਿਹੜੇ ਇਸ ਮਾਰਗ ਤੇ ਚੱਲੇ ਨੇ ਪਰ ਫਿਰ ਵੀ ਗੱਲ ਚੱਲ ਪੈਂਦੀ ਕਦੇ ਸੁਨ ਮੰਡਲ ਇੱਕ ਜੋਗੀ ਵੈਸੇ ਸੁਨ ਮੰਡਲ ਇੱਕ ਜੋਗੀ ਨਾਰਨ ਪੁਰਖ ਕਹੂ ਕੋ ਕੈਸੇ ਨਾਰਨ ਪੁਰਖ ਕਹੂ ਕੋ ਕੈਸੇ ਜਿੰਨਾ ਅੱਗੇ ਵੱਧਦਾ ਕੀ ਅੰਤ ਪਾਲੂਗਾ ਉਹ ਓਨਾ ਹੀ ਹੋਰ ਅੱਗੇ ਵੱਧ ਜਾਂਦਾ ਜਰਾ ਧਿਆਨ ਦੇਣਾ ਪਵੇਗਾ ਜੀ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਅੰਤ ਕਰਨ ਕੇ ਤੇ ਬਿਲ ਲਾਏ ਤਾਂ ਕਿ ਅੰਤ ਨ ਪਾਏ ਜਾਏ ਇਸ ਜਪਜੀ ਸਾਹਿਬ ਦੀ ਬਾਣੀ 'ਚ ਗੁਰੂ ਸਾਹਿਬ ਫਰਮਾਉਂਦੇ ਨੇ ਜੇ ਕਿਸੇ ਦੀ ਇੱਕ ਜ਼ਬਾਨ ਤੋਂ ਦੋ ਜ਼ਬਾਨਾਂ ਹੋ ਜਾਣ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਦੋ ਜ਼ਬਾਨਾਂ ਤੋਂ ਲੱਖ ਜ਼ਬਾਨਾਂ ਹੋ ਜਾਣ ਦਸ ਲੱਖ ਜ਼ਬਾਨਾਂ ਤੋਂ 20 ਲੱਖ ਜ਼ਬਾਨਾਂ ਆ ਜਾਣ
एक एक गेड़े दे विच जे वाहिगुरू परमेश्वर दा चक्कर जिहनूं कहिंदे ने, एक एक चक्कर विच एक एक गेड़े च जे वाहिगुरू परमेश्वर दा नाम जपे ना 20 लाख जमाना हो जाणा। लख होए एक दूजी बो लख होए लख होए लख बीस लख लख गेड़ा आखिया लख लख गेड़ा लख लख गेड़ा आखिया एक नाम जग इस राहे पत पबड़िया चढ़िया होए अकीस। माफ करना इस तरह कहते लगातार करते करते करी जावे उस बंदे दी हालत पता पता किहो जी। एक बारी कह दे वाहिगुरू जे बंदा इन्ना भजन भी कर लवे ना इन्ना सिमर भी कर लवे जिमें कोई धरती ते तुरन वाला कीड़ा आकाश के पंछियों की रीस कर लवे नहीं हो सकती। एक बारी कह दे वाहिगुरू आकाश के पंछियों दी गल्लां सुन के कोई कीड़ा कहे कि मैं आकाश के पंछी की रीस कर लवां कर सकता नहीं कर सकता। इत राहे पत पवड़िया चढ़िया होए अकीस सुन गल्लां आकाश की सुन गल्लां आकाश कीटा आई रीस कीटा आई रीस। नानक नदरी पाई है कूड़ी कूड़ा ठीस परमा विष्ण अंत नहीं परम विष्ण संसार की रचना परमा ये तीन देवते परमेश्वर ने अपनी माया के जरिए इतने माई तू भाव माया रूपी स्त्री ये जरिए संसार की रचना करन समय एक बारी कह दियो वाहिगुरू तीन देवते पैदा किए कि परमा जिस तू सृष्टि की उत्पत्ति मनी है विष्णु जी रोजी शिव जी जी संघार करते ने लहता करते ने पर पातशाह की फरमाते जब जी सच वैसे तो पातशाह फरमाते ने एक माई जुगत व्याई तीन चेले पर एक संसारी एक भंडारी एक लाए दी इन्हां तिन्हां नूं परमेश्वर जिवें उहनूं पाउंदा चंगा लगदा उवें चलाउंदा पर कहिंदा परमेश्वर तिन्हां नूं वेख रिहा पर तिन्ने परमेश्वर नूं नहीं वेख रहा। एक वारी कह दिओ वाहिगुरू एक बार फिर कह दे वाहिगुरू सृष्टि की रचन करने वाला ब्रह्मा विष्णु जी रोजी शिवजी जी त्रिशूल गढ़ के बैठे ने परमेश्वर कहते तिन्हां नूं वेख रहा पर ओ वेखा ओना नादर ना आवै ओ वेखा ओना सारे पढ़िया करो जी परम विष्ण अंत नहीं पायो परम विष्ण नेत नेत मुख चार बतायो नेत नेत मुख वाहिगुरु वाहिगुरु वाहिगुरु।
ਸਾਨੂੰ ਵਾਹਿਗੁਰੂ 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 ਤੇਰਾ ਅੰਤ ਨ ਜਾਣਾ ਜੀ ਤੇਰਾ ਅੰਤ ਨ ਜਾਣਾ ਜੀ ਤੇਰਾ ਅੰਤ ਨ ਜਾਣਾ ਅੰਤ ਨ ਜਾਣਾ ਜੀ ਤੇਰਾ ਅੰਤ ਨ ਜਾਣਾ ਜੀ ਸਤਿਕਾਰਯੋਗ ਸਤਸੰਗ ਜੀ ਆਪ ਜੀ ਮਾਹੀ ਭਾਈ ਸਾਰੇ ਹੀ ਪ੍ਰੇਮੀ ਜਨ ਗੁਰੂ ਚਰਨਾਂ ਦੇ ਵਿੱਚ ਪੁੱਜੇ ਆ ਜ਼ਿੰਦਗੀ ਦੇ ਸਮੇਂ ਨੂੰ ਵੱਧ ਤੋਂ ਵੱਧ ਗੁਰੂ ਚਰਨਾਂ ਵਿੱਚ ਲਗਾਓ ਜੀਵਨ ਦਾ ਇਹੀ ਪ੍ਰਯੋਜਨ ਹੈ ਭਾਵੇਂ ਇਹ ਪ੍ਰੋਗਰਾਮ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖ ਕੇ ਰੱਖਿਆ ਗਿਆ ਹੈ ਸਤਸੰਗ ਜੀ ਇਹ ਜਾਪ ਵੀ ਇਸੇ ਕਰਕੇ ਕੀਤਾ ਜਾਂਦਾ ਨਾਮ ਜਪਣ ਵਾਲਾ ਹੀ ਤੱਤੀਆਂ ਤਵੀਆਂ 'ਤੇ ਬੈਠ ਸਕਦਾ ਨਾਮ ਜਪਣ ਵਾਲੇ ਸਤਿਗੁਰੂ ਪਾਤਸ਼ਾਹ ਹੀ ਦਿੱਲੀ ਦੇ ਵਿੱਚ ਸੀਸ ਦੇ ਸਕਦੇ ਨੇ ਨਾਮ ਜਪਣ ਵਾਲਾ ਹੀ ਬਿਨਾਂ ਸਿਰ ਤੋਂ ਕੋਈ ਬਾਬਾ ਦੀਪ ਸਿੰਘ ਵਰਗਾ ਸਿਰਲਤ ਸੂਰਮਾ ਸਿਰ ਤਲੀ 'ਤੇ ਰੱਖ ਕੇ ਲੜ ਸਕਦਾ ਨਾਮ ਜਪਣ ਵਾਲੇ ਛੇ ਛੇ ਮਹੀਨੇ ਦੀਆਂ ਭੁੱਖਾਂ ਕੱਟ ਕੇ ਸਤਸੰਗੇ ਜੀ ਮੌਤ ਦੇ ਕਫਨ ਬੰਨ ਕੇ ਜੰਗ ਦੇ ਮੈਦਾਨ 'ਚ ਜੂਝ ਸਕਦੇ ਨੇ ਆਪਾਂ ਰੋਜ਼ ਪੜ੍ਹਦੇ ਹਾਂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਰਾਤੀ ਕੀਰਤਨ ਦੇ ਵਿੱਚ ਗੱਲ ਚੱਲੀ ਸੀ ਗੁਰਬਾਣੀ ਪੰਜਵੇਂ ਪਾਤਸ਼ਾਹ ਤੱਕ ਉਚਾਰਨ ਕਰਕੇ ਫਿਰ ਗੁਰਬਾਣੀ ਦਾ ਜਹਾਜ਼ ਤਿਆਰ ਕੀਤਾ ਪਰ ਇਤਿਹਾਸ ਦੱਸਦਾ ਕਿ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਹੋ ਗਿਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਗੱਦੀ ਲਾ ਕੇ ਨਹੀਂ ਸਨ ਬੈਠੇ ਸਤਸੰਗ ਜੀ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਦੁਨੀਆਂ 'ਤੇ ਗ੍ਰੰਥ ਬੜੇ ਨੇ ਆਪਨੇ ਇਸ ਗੁਰਬਾਣੀ ਦਾ ਜਹਾਜ਼ ਤਿਆਰ ਕਰਕੇ ਇਸ ਗੁਰਬਾਣੀ ਦਾ ਜਹਾਜ਼ ਕਰਕੇ ਤਿਆਰ ਕਰਕੇ ਇਸ ਗੁਰਬਾਣੀ ਦੇ ਜਹਾਜ਼ ਨੂੰ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਦਿੱਤਾ ਮਰਨ ਲੱਗੇ ਕਹਿਣ ਸਿੱਖੋ ਸਾਡੇ ਦਰਸ਼ਨ ਕਰਨ ਵਾਸਤੇ ਤਾਂ ਸੰਗਤਾਂ ਨੂੰ ਦੂਰੋਂ ਨੇੜਿਓਂ ਚੱਲ ਕੇ ਆਉਣਾ ਪੈਂਦਾ ਹੈ ਪਰ ਇੱਕ ਐਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਜਹਾਜ਼ ਅਸੀਂ ਤਿਆਰ ਕੀਤੇ ਨੇ ਜਿਨ੍ਹਾਂ ਦੇ ਦਰਸ਼ਨ ਦੁਨੀਆਂ ਦੇ ਕੋਨੇ ਕੋਨੇ ਵਿੱਚ ਆਉਣ ਵਾਲੇ ਸਮੇਂ 'ਚ ਸੰਗਤਾਂ ਨੂੰ ਹੋ ਸਕਿਆ ਕਰਨਗੇ ਤੱਤੀ ਤਵੀ 'ਤੇ ਬੈਠ ਕੇ ਕਿਸੇ ਭੌਰੇ ਭਰਨ ਕਰਕੇ ਵੀ ਵਿਖਾਉਣਾ ਸੀ ਇੱਕ ਵਾਰੀ ਕਹਿ ਦੇ ਬਹਿਰ ਕਰਕੇ ਵੀ ਵਿਖਾਉਣਾ ਸੀ ਦੁਨੀਆਂ ਦੇ ਮਤਾਂ ਦੇ ਵਿੱਚ ਦੇਖਦੇ ਹਾਂ ਅਸੀਂ ਕਥਣੀ ਤਾਂ ਹੈ ਪਰ ਗੁਰੂ ਘਰ ਦੀ ਤਰ੍ਹਾਂ ਕਰਨੀ ਨਹੀਂ ਹੈ ਸ਼੍ਰੀ ਰਾਮ ਚੰਦਰ ਦਾ ਭਰਾ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਲੜ ਕੇ ਸ਼ਹੀਦ ਹੋ ਗਿਆ ਮੁਰਸ਼ਦ ਹੋ ਗਿਆ ਬੇਹੋਸ਼ੀ ਦੀ ਹਾਲਤ 'ਚ ਪਿਆ ਸੀ ਉੱਥੇ ਇਹ ਗੱਲਾਂ ਸਤਸੰਗ ਸਾਨੂੰ ਗੁਰੂ ਸਾਹਿਬ ਨੇ ਦੱਸਣੀਆਂ ਸਨ ਪਹਿਲਾਂ ਕਰਕੇ ਦਿਖਾਇਆ ਕਰਕੇ
मुकदी गल कि गुरु की संगत राम रोवै राम निकाला पया सीता लक्ष्मण विछड़ गया। इब्राहिम इस्लामी मत दे विच अपने आप नूं कहिंदा सी मैं खुदा दा पुत्र हाँ। एक बार कह दे बार मेरे पातशाह कहिंदे मैं अकाल पुरख दा पुत्र हाँ। एक बार कह दे बार माफ करना मोहे अपना सुत तोहे नवाजा पंथ पचर करबे को साजा। मेरे पातशाह कहिंदे मैं अकाल पुरख दा पुत्र हाँ। अकाल पुरख दा पुत्र परमेश्वर दा पुत्र पर इस पुत्र ते खुदा दे पुत्र च किन्ना क फर्क है। एक बार कह दे बार इब्राहिम क्या करता सी मैं खुदा का पुत्र। गुरु की संगत एक समय आकाशवाणी हुई जिन्हों अंग्रेजी कहते वॉइस ऑफ गॉड जड़ी किसी किसी समय होंगी है। जिमें कंस नूं आकाशवाणी हुई सी इन्हें बड़ा बड़ा जुल्म किया। मुकदी गल कि गुरु की संगत कंस नूं आकाशवाणी हुई सी कि तैनू मारन वाला तेरी भैन की कुख तू जन्म लवेगा। खालसा जी तेरी भैन की कुख तू जन्म लवेगा। मुकदी गल कि इन्हें कंस ने गुरु की संगत अपनी भैन देवकी ते अपने देवकी दे पति नूं कैदखाने च पाता पर वक्त ने मत मार दिती सी। एक वारी कहदे वाहरू मारन दा राह रखिया सी। गुरबाणी च पातशाह कहिंदे मात पिता बिन बाल ना होई। एक कट्ठे कैदखाने च पा दिता वक्त ने मत मार दिती जो कले कले रख दे। एक वारी कहदे वार उस जेल दे विच कहिंदे देवकी दी कुख तों सत लड़कियां ने जन्म लिया। सत लड़कियां ने जदों कोई लड़की जन्म लैंदी सी पहरेदार कंस नूं कहिंदे सी जा के गुरु की संगत माफ करना। कंस नूं जा के कहिंदे सी कि इस वारी तेरी भैन दी कुख तों लड़की होई है। लड़की नूं पैरां तों फड़ के पटका के पत्थर ते मार दिंदा सी। मुकदी गल कि गुरु की संगत पर जरा ध्यान देना पवेगा। इधर विचार करके वेखिए रोवे राम निकाला पया सीता लक्ष्मण विछड़ गया। इधर अपने उन्हें खुदा का पुत्र कहाउण वाला इब्राहिम ऐसा ही होया सी। दूजे पासे विचार चली सी कि कंस नूं आकाशवाणी हुई सी तैनू मारन वाला तेरी भैन की कुख तों जन्म लवेगा। देवकी की कुख तों कृष्ण महाराज का जन्म होया। इत्थे माफ करना गुरु की संगत इब्राहिम नूं आकाशवाणी हुई। मुसलमानां दे पैगंबर जिहड़े अपने आप नूं कहिंदे खुदा दा पुत्त मैं खुदा दा सानूं दसवें पातशाह ने आखिया सी अमर छकाउण समय दस्सिया जांदा अज तो माता साहिब देवां कौर पिता गुरु गोबिंद सिंह। तो जे साडे मन च गल बस जाएगी साडा बापू की हो जाए तो फिर तो सत्संग आपां तां सारे इक्को दिन जी सिख बन जाइए। पर इत्थे वेखण वाली गल है गुरु की संगत आकाशवाणी हुई इब्राहिम नूं खुदाई वाज ने रब्बी वाज ने आख्या तू सचमुच अपने आप नूं मेरा पुत समझदा। हाँ जी ये कोई शंके वाली गल थोड़ी अपना पुत समझदा। आख्या जेकर तू पुत समझदा तेज धार वाली कटार लैके अपने पुत्र की गर्दन के उत्ते रख के फिर कहन लगा जी सत बचन सत बचन। दुनिया च कोई मिसाल नहीं मिलती दसवें पातशाह की। एक बार कह दे बार कोई मिसाल नहीं मिलती कोई प्रमाण नहीं मिलता। गुरु गोबिंद समार की तुलना कि की जाए हो ही नहीं सकती। माफ करना तुलना तो होंगी ना बंदे वर्गा बंदा हो जाता वह चेहरा वेद मिलता वह चेहरा वेद मिलता। मुकदी गल कि गुरु की संगत फलाने बंदे का सुभाव वेद मिलता फलाने बंद सुभाव वेद मिलता फलाने के काम वेद मिलते फलाने काम वेद मिलते। पर गुरु गोबिंद सिंह की करनी किसी नाल नहीं मिलती। खालसा जी एक बार कह दो बार ये दुनिया तो वक्री आ ये संसार तो वक्री आ। पर कहिंदे गुरु की संत कहिंदा सत बचन इब्राहिम तेज धार वाली कटार लैके जो अपने पुत्र दी साथ रग ते रखन लगा कट्टन लगा इब्राहिम दी ता निकल गई ता। मरीदा ने आखिया साईं जी पीर जी की गल आखिया
ਪੁੱਤ ਤਾਂ ਖੁਦਾ ਦਾ ਕਹਾਉਂਦਾ, ਇਹਦੇ 'ਚ ਕੋਈ ਗੱਲ ਨਹੀਂ, ਪਰ ਕਹਾਉਂਦਾ ਹੀ ਸਾਂ। ਗੁਰੂ ਗੋਬਿੰਦ ਸਿੰਘ ਨੇ ਅਕਾਲ ਪੁਰਖ ਦਾ ਪੁੱਤਰ ਕਹਾਇਆ ਹੀ ਨਹੀਂ, ਸਗੋਂ ਗੁਰੂ ਗੋਬਿੰਦ ਸਿੰਘ ਨੇ ਅਕਾਲ ਪੁਰਖ ਦਾ ਪੁੱਤਰ ਬਣ ਕੇ ਵੀ ਦੱਸਿਆ ਖਾਲਸਾ ਜੀ। ਇੱਕ ਵਾਰੀ ਕਹਿ ਲਿਓ, ਵਾਹਿਗੁਰੂ, ਸਮਾਂ ਥੋੜ੍ਹਾ ਹੈ। ਗੁਰੂ ਕਿਸੇ ਪੁੱਤਰ ਬਣ ਕੇ ਵੀ ਦੱਸਿਆ। ਅੰਗਰੇਜ਼ੀ 'ਤੇ ਕਹਾਵਤ ਹੈ, ਸੇਇੰਗ ਇਜ ਈਜ਼ੀ ਬਟ ਡਰਾਇੰਗ ਇਜ ਟੂ ਮੱਚ ਡਿਫੀਕਲਟ। ਕਹਿਣਾ ਸੌਖਾ ਪਰ ਕਰਨਾ ਬਹੁਤ ਔਖਾ ਸੱਜਣੋ। ਕਹਿਣ ਲੱਗਾ, ਆਪਣੇ ਹੱਥੀ ਆਪਣੇ ਬੱਚੇ ਦੀ ਗਰਦਨ 'ਤੇ ਛੁਰੀ ਫੇਰਾਂ। ਮਰੀਦਾਂ ਨੇ ਆਖਿਆ, ਜੀ ਮਾਰ ਹੁਕਮ ਕਰੋ। ਕਹਿੰਦਾ, ਮੇਰੀਆਂ ਅੱਖਾਂ ਦੇ ਉੱਤੇ ਪੱਟੀ ਬੰਨ ਦਿਓ, ਮੇਰੀਆਂ ਅੱਖਾਂ 'ਤੇ ਪੱਟੀ ਬੰਨ ਦਿਓ। ਮੈਂ ਆਪਣੇ ਬੱਚੇ ਦੀ ਗਰਦਨ 'ਤੇ ਆਪਣੇ ਹੱਥੀਂ ਛੁਰੀ ਫੇਰਾਂ, ਇਹ ਗੱਲ ਵੇਖ ਨਹੀਂ ਸਕਦਾ। ਜਦੋਂ ਅੱਖਾਂ 'ਤੇ ਪੱਟੀ ਬੱਧੀ ਗਈ, ਫਿਰ ਧਾਰ ਨਿਕਲੀ। ਮਰੀਦਾਂ ਨੇ ਆਖਿਆ, ਜੀ ਹੁਣ ਕਿਉਂ ਰੋਂਦੇ ਹੋ? ਆਖਿਆ, ਭਾਵੇਂ ਅੱਖਾਂ 'ਤੇ ਪੱਟੀ ਬੰਨ ਦਿੱਤੀ ਹੈ, ਪਰ ਬੱਚਾ ਦੇ ਬੱਚੇ ਹੀ, ਇਹ ਗਰਦਨ 'ਤੇ ਛੁਰੀ ਕਿਵੇਂ ਫੇਰਾਂ? ਆਖਿਆ, ਹੁਕਮ ਕਰੋ, ਹੁਕਮ ਕਰੋ, ਮਾਫ਼ ਕਰਨਾ। ਪੁੱਤਰ ਦੀ ਥਾਂ 'ਤੇ ਬੱਕਰਾ ਲਿਆਂਦਾ ਗਿਆ, ਬੱਕਰੇ ਦੀ ਗਰਦਨ 'ਤੇ ਛੁਰੀ ਫੇਰੀ ਗਈ, ਜਿੱਥੋਂ ਇਸਲਾਮੀ ਮਤ ਵਿੱਚ ਬਕਰੀਦ ਦਾ ਤਿਉਹਾਰ ਬਣਿਆ। ਖਾਲਸਾ ਜੀ, ਇੱਕ ਵਾਰੀ ਕਹਿ ਦਿਓ, ਵਾਹਿਗੁਰੂ। ਇੱਥੇ ਪੈਗੰਬਰ ਰੋਏ, ਇੱਥੇ ਅਵਤਾਰ ਰੋਏ, ਇੱਥੇ ਰੋਵੇ ਰਾਮ ਨਿਕਾਲਾ ਭਇਆ। ਤਾਹਾਂ ਮਾਰ ਮਾਰ ਕੇ ਰੋਂਦਾ ਸੀ, ਤ੍ਰੇਤਾ ਯੁੱਗ ਦੇ ਅਵਤਾਰ ਤਾਹਾਂ ਮਾਰ ਮਾਰ ਕੇ ਰੋਂਦੇ ਸਨ। ਮੁੱਕਦੀ ਗੱਲ ਕੀ, ਲਕਸ਼ਮਣ ਮੁਰਸ਼ਿਤ ਹੋ ਗਿਆ, ਬੇਹੋਸ਼ ਹੋ ਗਿਆ। ਇਹ ਬਚ ਕਿਵੇਂ ਸਕਦਾ? ਅਮਕੇ ਪਹਾੜ ਦੇ ਉੱਤੇ ਆਹ ਸੰਜੀਵਣੀ ਬੂਟੀ ਆ, ਇੱਕ ਪੌਦਾ ਹੁੰਦਾ, ਇੱਕ ਟ੍ਰੀ ਹੁੰਦਾ, ਉਹ ਸੰਜੀਵਣੀ ਬੂਟੀ ਲਿਆਂਦੀ ਜਾਏ। ਵਾਹ, ਲਕਸ਼ਮਣ ਨੂੰ ਸੰਘਾਈ ਜਾਏ, ਅਤੇ ਸੰਘਾਈ ਵੀ ਗਈ, ਲਿਆਂਦੀ ਵੀ ਗਈ, ਇਹ ਤਾਂ ਬਚ ਸਕਦਾ। ਵਾਹ, ਪੁੱਤਰਾਂ ਦੇ ਦਾਨੀਆਂ, ਗੜੀ ਚਮਕੌਰ ਦੇ ਅੰਦਰ ਤੇਰੇ ਪੁੱਤ ਸ਼ਹੀਦ ਹੋ ਰਹੇ ਸਨ। ਇੱਕ ਵਾਰੀ ਕਹਿ ਦਿਓ, ਵਾਹਿਗੁਰੂ। ਸਾਰੇ ਕੋ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ। ਮੈਂ ਕੋਸ਼ਿਸ਼ ਕਰਾਂਗਾ, ਦਾਸ ਕੋਸ਼ਿਸ਼ ਕਰੇਗਾ ਅਗਲੀ ਵਾਰੀ। ਇਹ ਤੋਂ ਕੋਈ 25-30-40 ਕਿਤਾਬਾਂ ਬੁੱਕਸ ਭਾਈ ਨੰਦ ਲਾਲ ਦੀਆਂ ਲਿਆ ਕੇ ਰੱਖੇ, ਜਿਹਦੇ ਵਿੱਚ ਭਾਵੇਂ ਫਾਰਸੀ ਸਮਝਣੀ, ਕੁਝ ਅਰਬੀ ਦੇ ਸ਼ਬਦ ਨੇ, ਕੁਝ ਉਰਦੂ ਦੇ ਸ਼ਬਦ ਨੇ, ਔਖੀ ਪਰ ਨਾਲ ਪੰਜਾਬੀ ਦੇ ਵਿੱਚ ਵੀ ਉਹਦਾ ਉਲਾਥਾ ਕੀਤਾ। ਜੋ ਗੁਰੂ ਗੋਬਿੰਦ ਸਿੰਘ ਦੀ ਤਾਰੀਫ ਭਾਈ ਨੰਦ ਲਾਲ ਨੇ ਕੀਤੀ ਹੈ, ਕੋਈ ਕਰ ਨਹੀਂ ਸਕਦਾ। ਇੱਕ ਵਾਰੀ ਕਹਿ ਦਿਓ, ਕੋਈ ਨਹੀਂ ਕਰ ਸਕਦਾ। ਕਦੇ ਪੜ੍ਹਿਆ ਕਰੋ, ਆਪਣਾ ਇਤਿਹਾਸ ਪੜ੍ਹਿਆ ਕਰੋ। ਜਦ ਤੁਸੀਂ ਆਪਣਾ ਇਤਿਹਾਸ ਪੜ੍ਹੋਗੇ ਨਾ, ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕੀ ਹਾਂ, ਵਟ ਵੀ ਆਰ, ਅਸੀਂ ਕੀ ਹਾਂ। ਜਦ ਤੁਸੀਂ ਆਪਣਾ ਇਤਿਹਾਸ ਪੜ੍ਹੋਗੇ, ਫਿਰ ਤੁਸੀਂ ਪੜ੍ਹਦੇ ਜਾਓਗੇ। ਹੈਂ, ਅਸੀਂ ਕਿੱਥੇ ਤੁਰੇ ਫਿਰਦੇ ਹਾਂ? ਅਸੀਂ ਮਾਲਕ ਨੂੰ ਭੁਲਾਈ ਬੈਠੇ ਹਾਂ। ਹਾਂ, ਗੜੀ ਚਮਕੌਰ ਦੇ ਅੰਦਰ ਬੱਚਿਆਂ ਦਾ ਸਾਹਮਣੇ ਇੱਕ ਐਸਾ ਸਮਾਂ ਵੀ ਆਇਆ ਸੀ, ਉਹਦੇ ਦਿਮਾਨਾਂ ਵਿੱਚ ਵਿਚਾਰ ਕਰਾਂਗੇ। ਇੱਕ ਐਸਾ ਸਮਾਂ ਵੀ ਆਇਆ ਸੀ, ਵੱਡਾ ਸਾਹਿਬਜ਼ਾਦਾ ਜਦੋਂ ਰਾਜਾ ਦਸ਼ਰਥ ਮਰਿਆ ਨਾ, ਮਾਫ਼ ਕਰਨਾ ਗੁਰੂ ਕੀ ਸੰਗਤ, ਕੋਠੇ 'ਤੇ ਚੜ੍ਹ ਕੇ ਦੇਖਦਾ ਸੀ, ਚੁਬਾਰੇ 'ਤੇ ਚੜ੍ਹ ਕੇ ਵੇਖਦਾ ਸੀ, ਉਹ ਰਾਮ ਅਤੇ ਲਕਸ਼ਮਣ ਅਤੇ ਸੀਤਾ ਉਹ ਬਨਵਾਸ ਕੱਟਣ ਜਾ ਰਹੇ ਨੇ। ਰਾਮ ਰਿਹਾ, ਦਸ਼ਰਥ ਰਿਹਾ। ਰਾਮ ਚਲਾ ਗਿਆ, ਦਸ਼ਰਥ ਚਲਾ ਗਿਆ, ਮਾਫ਼ ਕਰਨਾ, ਛਾਲ ਮਾਰ ਕੇ ਮਰਦਾ, ਚੁਬਾਰੇ ਤੋਂ ਛਾਲ ਮਾਰ ਕੇ ਮਰਦਾ। ਸਾਹਿਬਜ਼ਾਦਿਆਂ ਦਾ ਕਲਗੀਧਰ ਪਾਤਸ਼ਾਹ ਦੇ ਚਰਨ ਵਿੱਚ ਆ ਕੇ ਬੇਨਤੀ ਕਰਨੀ, ਪਿਤਾ ਜੀ ਵੱਡੇ ਸਾਹਿਬਜ਼ਾਦੇ ਦੀ ਬੇਨਤੀ ਕਰਨੀ, ਮਹਾਰਾਜ ਮੈਨੂੰ ਹੁਕਮ ਦਿਓ, ਮੈਂ ਵੀ ਮੈਦਾਨੇ ਜੰਗ ਜਾਵਾਂ, ਆਉਣ ਵਾਲੀਆਂ ਪੀੜ੍ਹੀਆਂ, ਕਮਿੰਗ ਜਨਰੇਸ਼ਨ, ਉਹਨੇ ਮਾਫ਼ ਨਹੀਂ ਕਰਨਾ। ਲੋਕ ਆਖਿਆ ਕਰਨਗੇ, ਕੀ ਕਹਿਣਗੇ? ਗੁਰੂ ਗੋਬਿੰਦ ਸਿੰਘ ਨੇ ਰਾਮ ਦੀ ਅਤਿ ਤੋਂ ਜ਼ਿਆਦਾ ਫੌਜ ਮਾਰੀ ਗਈ, ਪਰ ਰਾਮ ਜੇ ਤਿੰਨ ਜਣੇ ਬਨਵਾਸ ਕੱਟਣ ਗਏ ਸੀ ਅਤੇ ਤਿੰਨੇ ਵਾਪਸ ਆਏ ਨੇ, ਪਰ ਵਾਹ ਗੁਰੂ ਗੋਬਿੰਦ ਸਿੰਘ ਜਿੱਥੇ ਤੇਰੇ ਸਾਹਿਬਜ਼ਾਦੇ ਇੱਕ ਵਾਰੀ ਚਲੇ ਗਏ, ਜਿਉਂਦੇ ਮੁੜ ਕੇ ਵਾਪਸ ਨਹੀਂ ਆਏ। ਖਾਲਸਾ ਜੀ, ਇੱਕ ਵਾਰੀ ਕਹਿ ਦਿਓ, ਵਾਹਿਗੁਰੂ। ਫਿਰ ਕੋ ਧੰਨ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਦੀ ਦਾ ਗਲਤ ਪੱਲੂ ਪਾ ਕੇ ਬੇਨਤੀ ਕਰਨੀ। ਸਿਹਤ ਕੋਈ ਠੀਕ ਨਹੀਂ ਸੀ, ਪਰ ਫਿਰ ਵੀ ਤੁਹਾਡੇ ਦਰਸ਼ਨ ਕੀਤੇ ਨੇ। ਨਿਤਨ ਇਹਨੂੰ ਕਹਿੰਦੇ ਨੇ ਔਖੇ ਹੋ ਕੇ ਸੌਖੇ ਹੋ ਕੇ ਕੀਤਾ ਜਾਏ।
गुरु की संगत आख्या पिता जी आने वाली पीढ़ियां ने माफ नहीं करना, आख्या बेटा शाबाश बेटा जीत, तेरा नाम इस करके जीत सिंह रखिया सी कि तू किसे तू जीतया नहीं जाएगा, पर पुत्र तेरी उम्र सारी 16.5 तो 17 साल दे विच है मचाले है। आख्या सी पिता जी मेरी उम्र वाल ना वेखो, नाम है अजीत मेरा जीता नहीं जाऊंगा, नाम है अजीत मेरा जीता नहीं जाऊंगा, अगर जीता गया तो वापस जीता नहीं आऊंगा, मेरी पिता जी लाश ही मिलेगी। मुक दी गल की साहबजादे नूं चमकौर दी गड़ी दे विच भेजना, चमकौर दी गड़ी तो बाहर भेजना, चमकौर दी गड़ी इहदा चबारा जिहनूं अटारी कहिंदे ने, खालसा जी कलगियां वाला बाणा दी वरखा दे थले अजीत सिंह नूं तोरिया, फिर वारी झुझार दी आई उहनूं तोरिया, अखी वेख रहा ने कि मेरे पुत दी छाती च किहड़ा सूरमा तीर मारदा, किहड़ा सूरमा मेरे अजीत मत्थे च गोली मारदा, किहड़ा सूरमा मेरे अजीत झुझार दे सत्संग गर्दन ते तलवार दा वार करदा। ओ कलगियां वाले पातशाह धन गुरु गोबिंद सिंह इत्थे अवतार होए ते इत्थे महाराज अपने बच्चों शहीद होंदे वेख के ना अकाल पुरख का धन्यवाद कर रहे सन, एक बारी कह दे वाहिगुरू धन्यवाद कर रहे सन, वाह असी तो कहने ना एक बारी कह दे वाहिगुरू, असी कह दें गुरु घर की फिलासफी हो रहा, असी कह दें बच्चा ना हो तो काम कौन संभालूगा, पर गुरु गोबिंद सिंह ने बच्चे वाह बचे हो बच्चे तो होंगे ही धर्म वास्ते ने, एक बारी कह दे वाहिगुरू वाह मेरे बेटे हो बच्चे तो वो जड़े धर्म के वास्ते जू जाते हैं, सूरा सो पहचानी है जो लड़े दीन के खेत, पुरजा पुरजा घट मरै कबू ने छाटा खेत, चमकौर की गढ़ी ते खलोते सतगुरु पातशाह अपने माफ करना साहबजादियां नूं अपने पुत्रां नूं शहीद होंदे वेख के खालसा जी सत अकाल पुरख का धन्यवाद कर रहा सन। सतगुरु वेखदे गढ़ी दे उत्ते खड़ के ਹੁੰਦੀਆਂ ਸ਼ਹੀਦ ਜੋੜੀਆਂ, ਦੇਖਦੇ ਗੜੀ ਤੇ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ, ਸ਼ਹੀਦ ਜੋੜੀਆਂ ਸਤਿਗੁਰੂ ਵੇਖਦੇ ਕੜੀ ਦੇ ਉੱਤੇ ਚੜ ਕੇ ਹੁੰਦੀਆਂ ਸ਼ਹੀਦ ਜੋੜੀਆਂ। ਸ਼ਹੀਦ ਜੋੜੀਆਂ ਜੀ ਬਾਬਾ ਹੁੰਦੀਆਂ ਸ਼ਹੀਦ ਜੋੜੀਆਂ, ਹੁੰਦੀਆਂ ਸ਼ਹੀਦ ਜੋੜੀਆਂ ਜੀ ਬਾਬਾ ਹੁੰਦੀਆਂ ਸ਼ਹੀਦ ਜੋੜੀਆਂ।
ਨਾਨਕ ਮੈਂ ਗਾੜੀ ਤੇ ਉੱਤੇ ਚੜ ਕੇ ਬੜੀ ਤੇ ਚੜੀ ਕੇ ਜੀ ਹੁੰਦੀਆਂ ਸ਼ਹੀਦ ਜੋੜੀਆਂ ਦੇਖਦੇ ਗੜੀ ਤੇ ਉੱਤੇ ਚੜੀ ਕੇ ਹੁੰਦੀਆਂ ਸ਼ਹੀਦ ਜੋੜੀਆਂ ਨਹਿਰੂ ਅੰਤਰ ਜਮੀਂ ਦਾ ਧੰਨਵਾਦ ਕਰਦੇ ਕਰ ਰਹੇ ਸੀ ਪਰ ਲੜਦੇ ਲੜਦੇ ਹੋ ਗਿਆ ਇਹ ਨਹੀਂ ਕਿਹਾ ਕਿ ਮੇਰਾ ਪੁੱਤ ਸ਼ਹੀਦ ਹੋ ਗਿਆ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਵਾਹ ਪਰਮੇਸ਼ਰ ਵਾਹ ਪਾਤਸ਼ਾਹ ਤੇਰੀ ਇੰਨੀ ਕਿਰਪਾ ਮੇਰਾ ਪੁੱਤ ਧਰਮ ਦੇ ਲੇਖੇ ਲੱਗ ਗਿਆ ਲੜਦੇ ਲੜਦੇ ਹੋ ਗਿਆ ਸ਼ਹੀਦ ਜਦ ਅਜੀਤ ਪਿਆਰਾ ਉਦੋਂ ਕਲਗੀਆਂ ਵਾਲੇ ਪਾਤਸ਼ਾਹ ਛੱਡਿਆ ਜੰਕਾਰਾ ਪੰਥ ਵਸੇ ਮੈਂ ਉੱਜਣਾ ਪੰਥ ਵਸੇ ਮੈਂ ਉੱਜਣਾ ਮੈਂ ਮਨ ਚਾਓ ਘਨੇਰਾ ਵਾਹ ਵਾਹ ਗੋਬਿੰਦ ਸਿੰਘ ਧੰਨ ਤੇਰਾ ਜੇਰਾ ਪੁੱਤ ਦਾ ਸ਼ਹੀਦ ਹੋਣਾ ਗੜੀ 'ਚ ਪੰਜ ਸਿੱਖ ਰਹਿ ਗਏ ਸਨ ਆਉਂਦੇ ਕੀਰਤਨਾਂ 'ਚ ਵਿਚਾਰ ਕੀਤੀ ਜਾਏਗੀ ਮਾਰੇ ਖੁਦ ਜੰਗ ਦੇ ਮੈਦਾਨ 'ਚ ਜੂਝਣਾ ਚਾਹੁੰਦੇ ਸਨ ਮਾਰੇ ਕੋਈ ਪਰਮੇਸ਼ੁਰ ਤੋਂ ਸ਼ਰਤ ਪਰਮੇਸ਼ੁਰ ਤੋਂ ਮੰਗਾਂ ਮੰਗ ਕੇ ਨਾ ਫਿਰ ਆਏ ਸੀ ਫਿਰ ਆਏ ਸੀ ਇਹ ਕੱਲ੍ਹ ਦੇ ਕੀਰਤਨ ਦੇ ਵਿੱਚ ਵਿਚਾਰ ਕਰਾਂਗੇ ਇਸ ਲੜੀ ਨੂੰ ਅੱਗੇ ਤੋਰਾਂਗੇ ਪਰ ਇੱਥੇ ਮਰ ਜੰਗ ਦੇ ਮੈਦਾਨ 'ਚ ਜੂਝਣਾ ਚਾਹੁੰਦੇ ਸਨ ਜੰਗ ਦੇ ਮੈਦਾਨ ਵਿੱਚ ਨਾ ਸਤਸੰਗ ਜੀ ਸ਼ਹੀਦੀ ਪਾਉਣਾ ਚਾਹੁੰਦੇ ਸਨ ਆਪਣੀ ਬਾਣੀ 'ਚ ਫਰਮਾਉਂਦੇ ਨੇ ਦਿਓ ਸ਼ਿਵਾ ਵਰਮੋਹੇ ਐਸ਼ੁਭ ਕਰਮਨ 'ਤੇ ਕਬੂ ਨਾ ਡਰੋ ਨਾ ਡਰੋ ਅਰ ਸੰਜ ਜਾਇ ਲੜੋ ਨਿਸ਼ਚੇ ਕਰ ਆਪਣੀ ਜੀਤ ਕਰੋ ਅਰ ਸਿੱਖੀ ਆਪਣੇ ਹੀ ਮਨ ਕੋ ਇਹ ਲਾਲਚ ਹੋਗਣ ਤੋਂ ਉਚਰੋ ਜਬ ਆਪ ਕੀ ਅਹੁਦੇ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਰਾਤ ਦੇ 12 ਵਜੇ ਦਾ ਸਮਾਂ ਮਾਫ ਕਰਨਾ ਯੰਗ 'ਚ ਜਾਣ ਦੀ ਤਿਆਰੀ ਹੋ ਰਹੀ ਪਰ ਵੇਖਣ ਵਾਲੀ ਗੱਲ ਖਾਲਸਾ ਜੀ ਬੱਚਾ ਬਿਮਾਰ ਹੋਵੇ ਰਾਤ ਨੂੰ ਮਾਂ ਬਾਪ ਨੂੰ ਨੀਂਦ ਨਹੀਂ ਆਉਂਦੀ ਪੰਜਾਂ ਪਿਆਰਿਆਂ ਨੇ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਹੋਰਾਂ ਬੇਨਤੀ ਕੀਤੀ ਮਹਾਰਾਜ ਇਹ ਯੂਰ ਇਹ ਕਿੱਧਰ ਜਾਣ ਦੀ ਤਿਆਰੀ ਕਰ ਰਹੇ ਨੇ ਹਯੂਰ ਲੱਗੇ ਕਹਿਣ ਦਇਆ ਸਿਆਂ ਜਦੋਂ ਅਸੀਂ ਇਸ ਮਾਤ ਲੋਕ ਦੀ ਧਰਤੀ 'ਤੇ ਪਰਮੇਸ਼ੁਰ ਪਾਸੋਂ ਹੁਕਮ ਲੈ ਕੇ ਆਏ ਸੀ ਵੈਰੂ ਤੋਂ ਵਰ ਲੈ ਕੇ ਆਏ ਸੀ ਇੱਕ ਕਿ ਜਦੋਂ ਮੇਰੀ ਜ਼ਿੰਦਗੀ ਦਾ ਅੰਤਮ ਸਮਾਂ ਆਏ ਵੈਨ ਐਵਰ ਦ ਲਾਸਟ ਟਾਈਮ ਆਫ ਮਾਈ ਲਾਈਫ ਕਮ ਆ ਮਾਸਟ ਡਾਈ ਇਨ ਦਾ ਬੈਟਲ ਆਫ ਵਾਰ ਜਦੋਂ ਮੇਰੀ ਜ਼ਿੰਦਗੀ ਦਾ ਅੰਤਮ ਸਮਾਂ ਆਵੇ ਮੈਂ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾ ਕੇ ਮਰਾਂ ਸ਼ਹੀਦ ਹੋ ਕੇ ਜਾਵਾਂ ਅੱਗੇ ਉਹ ਬਚਨ ਪੂਰਾ ਕਰਨ ਦਾ ਸਮਾਂ ਆ ਗਿਆ ਪੰਜਾਂ ਪਿਆਰੇ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਹੋਰਾਂ ਨੇ ਨਾਲ ਦੇ ਸਾਥੀਆਂ ਨੂੰ ਗੁਰੂ ਸਾਹਿਬ ਕਹਿੰਦੇ ਕਿ ਅਸੀਂ ਸ਼ਹੀਦੀ ਪਾ ਕੇ ਜਾਈਏ ਆਪਾਂ ਹੁਣ ਝਾਤੀ ਮਾਰੀਏ ਆਪਾਂ ਬਹੁਤਾ ਨਹੀਂ ਕਰ ਸਕਦੇ ਆਪਾਂ ਅੰਮ੍ਰਿਤ ਛੱਕ ਕੇ ਤਾਂ ਦੁਨੀਆਂ ਤੋਂ ਜਾਈਏ ਨਾ ਇੱਕ ਵਾਰੀ ਕਹਿ ਦੇ ਵਹਿਰੂ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਪੰਜਾਂ ਪਿਆਰੇ ਨੇ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਹੋਰ ਆਖਿਆ ਮਹਾਰਾਜ ਗੋਬਿੰਦ ਸਿੰਘ ਆਪਣੀ ਗੁਰੂ ਗੋਬਿੰਦ ਸਿੰਘ ਆਪਣੀ ਮਰਜ਼ੀ ਨਾਲ ਜੰਗ ਦੇ ਮੈਦਾਨ 'ਚ ਨਹੀਂ ਜਾ ਸਕਦਾ ਤੁਸੀਂ ਇੱਕ ਸਮੇਂ ਅੰਮ੍ਰਿਤ ਛਕਾਉਣ ਸਮੇਂ ਬਚਨ ਕੀਤੇ ਸੀ ਕਿ ਜੋ ਤੁਸੀਂ ਪੰਜੇ ਕਰਿਆ ਕਰੋਗੇ ਉਹ ਮੈਨੂੰ ਮਨਜ਼ੂਰ ਹੋਵੇਗਾ ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ ਗਲ 'ਚ ਪੱਲੂ ਪਾ ਕੇ ਮਾਫ ਕਰਨਾ ਪੰਜਾਂ ਪਿਆਰਿਆਂ ਦਾ ਕਹਿਣਾ ਗਰੀਬ ਨਵਾਜ਼
अज वक्त इस गल की मंग करता कि डिमांड करता कि चमकौर की गड़ी छड़ के चले जाओ। मुकदी गल की गुरु की संगत आप जी ने अमृत छकाने समय किया सी ना जो पंजे करिया करोगे मैनू मंजूर होगा। पंजा प्यारियां दी बेनती नूं प्रवान करदे हुक्म नूं सिर मत्थे मनदे इतिहास दसदा कि भाई संगत सिंह का चेहरा मोहरा रूप रंग फेस कह लो कद काठ गुरु गोबिंद समर्थ नाल मिलदा जुलदा सी। ते गुरु कलगीधर पातशाह जी ने अपने जंगी शस्त्र वस्त्र उतार के भाई संगत सिंह दे पंधाते सीस ते कलगी टकाती खालसा जी चोण वेखो चोण माफ करना भाई संगत सिंह भाई जीवन सिंह जैते का छोटा भरा सी। अज आप किधर तुर पए अज तो असं कहने जी ये फलाने ने जी फलाने ने जी रमदासी ने जी फलाने ने जी अज असी मैं कभी कीर्तन की बेनती करता हूं कि गुरु गोबिंद सिंह के घर च कोई जात पात नहीं हैगी। एक बार कह दे बाहर गुरु की चोण वेखो चार सिंह उची जात दे ने पर आ की रोज पढ़ो नीचो ऊच करे मेरा एडा वड्डा माण बख्शिया ते नाले गुरी तरपा।